ਆਪਾਂ ਇੱਕ ਕਿਸਾਨ ਹੈਗੇ ਆ ਤੇ ਅਸੀਂ ਆਪਣਾ ਬੀਜ ਉਤਪਾਦਨ ਦਾ ਕੰਮ ਕੀਤਾ ਹੋਇਆ ਸੀ ਸੀਡ ਪ੍ਰੋਡਕਸ਼ਨ ਦਾ ਕੰਮ ਕਰ ਰਿਹਾ ਸੀ ਇੱਥੇ ਫੈਕਟਰੀ ਲੱਗੀ ਹੋਈ ਸੀ ਸਾਡੀ ਤੇ ਉਹ ਵਿੱਚੇ ਸਾਡੀ ਰਿਹਾਇਸ਼ ਸੀਗੀ ਇੱਥੇ ਜਿਹੜੀ ਮੈਂ ਕੋਠੀ ਆ ਗਈ ਉਹ ਹੈ ਪਿੱਛੇ ਤੇ ਇਹ ਜੰਮੂ ਕੰਡਾ ਹਾਈਵੇ ਜਿਹੜਾ ਰੋਡ ਆ ਵੀਰ ਜੀ ਇਹ ਇਹਦੇ ਵਿੱਚ ਅਕੁਆਇਰ ਕਰ ਲਈ ਆਪਣੀ ਜ਼ਮੀਨ ਤੇ ਸਾਡੇ ਵਾਸਤੇ ਫਿਰ ਇਹ ਮਜਬੂਰੀ ਹੋ ਗਈ ਕਿ ਅਸੀਂ ਆਪਣੀ ਜਿਹੜੀ ਕੋਠੀ ਹੈਗੀ ਇਹਨੂੰ ਮੂਵ ਕਰਵਾ ਦਈਏ ਪਿੱਛੇ 2017 'ਚ ਅਸੀਂ ਕੋਠੀ ਬਣਾਉਣੀ ਸਟਾਰਟ ਕੀਤੀ ਸੀ ਸ਼ੁਰੂ 'ਚ ਅਤੇ 2019 ਦੇ ਐਂਡ ਤੱਕ ਜਾ ਕੇ ਕੰਪਲੀਟ ਹੋਈ ਸੀਗੀ ਅਸੀਂ ਪਹਿਲਾਂ ਵੀ ਇਹ ਜਿਹੇ ਕੰਮ ਕੀਤੇ ਨੇ ਪਹਿਲਾਂ ਚੱਕਾ ਦਾ ਕੰਮ ਕਰ ਦਿੰਦੇ ਸੀ ਚਕਾਈ ਦਾ ਅਤੇ ਅਸੀਂ ਨੇ ਇੱਕ ਦੋ ਕੰਮ ਰੋੜਨ ਦੇ ਵੀ ਦੁਕਾਨਾਂ ਕੀਤੀਆਂ ਨੇ ਉਹਦੇ ਵਿੱਚ ਸਾਨੂੰ ਵਧੀਆ ਲੱਗਿਆ ਮਤਲਬ ਕਿ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ ਕੋਈ ਵੀ ਰੋੜਨ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਈ ਫਿਰ ਉਹ ਤੋਂ ਬਾਅਦ ਅਸੀਂ ਨੇ 4-5 ਕੋਠੀਆਂ ਵੀ ਕੀਤੀਆਂ ਸੀ ਡਬਲ ਪੋਰਸ਼ਨ ਦੀ ਇਹ ਜਿਹੀ ਬਣੀ ਹੋਈ ਕੋਠੀਆਂ ਹਾਂ ਇਹ ਪਹਿਲਾ ਪ੍ਰੋਜੈਕਟ ਹੈ ਜਿਹੜਾ ਇੰਨਾ 500-400 ਫੁੱਟ ਜਾ ਰਿਹਾ ਜੀ ਚੈਲੰਜ ਤਾਂ ਦੇਖੋ ਹੈਗਾ ਜੀ ਤੁਹਾਨੂੰ ਪਤਾ ਇਹ ਬਹੁਤ ਵੱਡਾ ਚੈਲੰਜ ਸੀ ਪਰ ਅਸੀਂ ਕੰਮ ਕਰਦੇ ਰਹਿੰਦੇ ਹਾਂ ਸਾਨੂੰ ਨੌਲੇਜ ਦੀ ਇਸ ਚੀਜ਼ ਦੀ ਤਾਂ ਕਰਕੇ ਅਸੀਂ ਇਹ ਕੰਮ ਲੈ ਲਈ ਇੱਕੋ ਵਾਰ ਸੋਚਿਆ ਸੀ ਬਈ ਕਿ ਕੋਠੀ ਆ ਜਿਹੜੀ ਆਪਾਂ ਇੱਕੋ ਵਾਰ ਵਧੀਆ ਬਣਾਉਣੀ ਹੁੰਦੀ ਹੈ ਨਾ ਸਾਰੀ ਜ਼ਿੰਦਗੀ 'ਚ ਅਤੇ ਸਾਰਾ ਮਟੀਰੀਅਲ ਜਿਹੜਾ ਹੈਗਾ ਆਪਣੇ ਫਸਟ ਕਲਾਸ ਲਾਇਆ ਸੀਗਾ ਇਹਦੇ 'ਤੇ ਅਤੇ ਅੰਦਰ ਲੱਕੜੀ ਦਾ ਕੰਮ ਵਗੈਰਾ ਕਾਫੀ ਹੋਇਆ ਸੀ ਢਾਹ ਕੇ ਦੁਬਾਰਾ ਬਣਾਉਣ 'ਚ ਇੱਕ ਤਾਂ ਵੀਰ ਜੀ ਖਰਚਾ ਡਬਲ ਪੈ ਜਾਣਾ ਸੀਗਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ ਕਰੋੜ ਤੋਂ ਉੱਪਰ ਖਰਚਾ ਹੋਇਆ ਹੋਇਆ ਸੀਗਾ ਠੀਕ ਹੈ ਅਤੇ ਉਹ ਨਾ ਹੀ ਸਾਡੇ ਕੋਲ ਟਾਈਮ ਸੀ ਚੱਲਦੇ ਚੱਲਦੇ ਕੰਮ ਦੇ ਵਿੱਚ ਇਹ ਚੀਜ਼ ਆ ਗਈ ਹੁਣ ਅਚਾਨਕ ਕਿਉਂਕਿ ਸਰਕਾਰੀ ਪ੍ਰੋਜੈਕਟ ਹੈ ਬਈ ਜਿਹਨੂੰ ਰੋਕ ਵੀ ਨਹੀਂ ਆਪਾਂ ਸਕਦੇ ਹੈ ਨਾ ਇਹਦੇ ਵਿੱਚ ਕੁਛ ਵੀ ਇੱਦਾਂ ਚੇਂਜ ਨਹੀਂ ਆਈ ਬਸ ਨੀਚੇ ਵਾਲਾ ਫਰਸ਼ ਇਹਨਾਂ ਨੇ ਜਿਹੜਾ ਹੈਗਾ ਉਹ ਤੋੜਿਆ ਬਾਕੀ ਸਾਰਾ ਐਜ਼ ਇਟ ਇਜ਼ ਇਹ ਕੋਠੀ ਜਾ ਰਹੀ ਹੈ ਉੱਥੇ ਜਾ ਕੇ ਸਾਨੂੰ ਮੇਨ ਦਾ ਫਰਸ਼ ਹੀ ਲਵਾਉਣਾ ਬਸ ਇਸ ਨੇ ਭਰਤ ਪਾ ਕੇ ਸਾਡੇ ਲਈ ਇਸ ਟਾਈਮ 20 ਬੰਦੇ ਕੰਮ ਕਰ ਰਹੇ ਨੇ ਅਤੇ ਅਸੀਂ 150 ਫੁੱਟ ਪਿੱਛੇ ਲੈ ਚੁੱਕੇ ਹਾਂ ਇਹਨੂੰ ਕੋਠੀ ਨੂੰ ਇਹ ਹੋਰ 250 ਫੁੱਟ ਜਾਊਗੀ 200 ਫੁੱਟ ਅੱਗੇ ਜਾ ਕੇ 50 ਫੁੱਟ ਸਾਈਡ 'ਤੇ ਵੀ ਹੋਊਗੀ 50-60 ਫੁੱਟ ਸਾਈਡ 'ਤੇ ਜਾਊਗੀ ਇਹ ਪਹਿਲਾਂ ਬੀਮ ਥੱਲੇ ਦੀ ਇਹਦੇ ਪਹਿਲਾਂ 3 ਫੁੱਟ ਚੱਕੀ ਅਸੀਂ ਇਹ ਉਹ ਤੋਂ ਬਾਅਦ ਇਹਦੀ ਨਿਓ ਕੱਢੀਆ 100-100 ਫੁੱਟ ਦੀ 100 ਫੁੱਟ ਦੀ ਨਿਓ ਕੱਢ ਕੇ ਇਹਦੀ ਫਿਰ ਅਸੀਂ ਨੇ ਚੈਨਰ ਵਿਛਾਇਆ ਇਹਦੇ ਉੱਪਰ ਰੋੜੂ ਰੱਖ ਕੇ ਉੱਪਰ ਫਿਰ ਚੈਨਰ ਫਿਰ ਜੈਕ ਲਾਏ ਹੋਏ ਨੇ ਉਹ ਫਿਰ ਉਹ ਰੋੜੂ ਦੇ ਉੱਪਰ ਤੁਰਦੀ ਹੈ ਇਹ ਇੱਕ ਦਿਨ ਦੇ ਵਿੱਚ 10-12 ਫੁੱਟ ਰੁੜਦੀ ਹੈ